ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਖ ਧਰਮ ਦੀ ਨੀ ਆਪਣੇ ਜੀਵਨ ਤੋਂ ਆਰੰਭ ਕਰਕੇ ਅਜੋਕੇ ਸਮੇਂ ਤੱਕ ਸਿੱਖਾਂ ਨੂੰ ਬਹੁਤ ਵੱਡਾ ਮਾਣ ਤੇ ਸਤਿਕਾਰ ਬਖਸ਼ਿਸ਼ ਕੀਤਾ ਜੇ ਗੱਲ ਕੀਰਤਨ ਦੀ ਕਰੀਏ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਵਿੱਚ ਕੀਰਤਨ ਨੂੰ ਬਹੁਤ ਵੱਡਾ ਸਤਿਕਾਰ ਮਿਲਿਆ ਜੇ ਢਾਡੀ ਕਲਾ ਦਾ ਜ਼ਿਕਰ ਚੱਲਦਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਹੜੇ ਅੰਦਰ ਪਹਿਲੀ ਵਾਰ ਢਾਡੀ ਕਲਾ ਦੀ ਗੂੰਜਾਰ ਪਈ ਔਰ ਲੋਕ ਢਾਡੀ ਤੇ ਰਾਜ ਦਰਬਾਰੀ ਢਾਡੀਆਂ ਨੂੰ ਗੁਰੂ ਕੇ ਢਾਡੀ ਹੋਣ ਦਾ ਮਾਣ ਤੇ ਸਤਿਕਾਰ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜਦੋਂ ਕਵੀਸ਼ਰੀ ਕਲਾ ਦਾ ਜ਼ਿਕਰ ਚਲੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਜੀ ਦੀ ਮੁਕੱਦਸ ਧਰਤੀ ਅੰਦਰ ਕਵੀਆਂ ਤੋਂ ਕਵੀਸ਼ਰ ਸਾਜ ਕੇ ਇੱਕ ਬਹੁਤ ਵੱਡਾ ਮੀਲ ਪੱਥਰ ਗੱਡਿਆ ਮਹਨੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਕਲਾਵਾਂ ਨੇ ਕੱਲਾ ਭਾਰਤ ਵਿੱਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਵੱਡਾ ਸਫ਼ਰ ਕੀਤਾ ਔਰ ਵਿਦੇਸ਼ਾਂ ਵਿੱਚ ਜਾ ਕੇ ਇਸ ਕਲਾ ਦੇ ਰਾਹੀ ਸਿੱਖੀ ਦਾ ਪ੍ਰਚਾਰ ਕੀਤਾ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਇਨ੍ਹਾਂ ਕਲਾਮਾਂ ਨੂੰ ਢਾਡੀਆਂ ਨੂੰ ਕਵੀਸ਼ਰਾਂ ਨੂੰ ਕੀਰਤਨ ਵਾਲੇ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਵਿਦੇਸ਼ਾਂ ਵਿੱਚ ਆ ਰੀਆਂ ਦਰਪੇਸ਼ ਮੁਸ਼ਕਲਾਂ ਔਰ ਉਹਨਾਂ ਮੁਸ਼ਕਲਾਂ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ ਸਾਨੂੰ ਕਿਸ ਤਰੀਕੇ ਨਾਲ ਜਾਣਾ ਚਾਹੀਦਾ ਹੈ ਔਰ ਕਿਵੇਂ ਉੱਥੇ ਸੇਵਾਵਾਂ ਕਰਕੇ ਵਾਪਸ ਆਉਣਾ ਚਾਹੀਦਾ ਹੈ ਇਹਦੇ ਬਾਰੇ ਔਰ ਸਿੱਖ ਕਮਿਊਨਿਟੀ ਜਿਹੜੀ ਵਿਦੇਸ਼ਾਂ ਵਿੱਚ ਵੱਸ ਕੇ ਵੱਡੀਆਂ ਸੇਵਾਵਾਂ ਕਰ ਰਹੇ ਨੇ ਉਹਨਾਂ ਬਾਰੇ ਵੀ ਕੁਝ ਜ਼ਿਕਰ ਕਰਾਂਗੇ ਮੇਰੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਦੇਵ ਸਿੰਘ ਜੀ ਕੰਗ ਸਾਹਿਬ ਸਾਡੇ ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਜੀ ਜਿਉ ਆਇਆ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗ ਸਾਹਿਬ ਇੰਡੀਆ ਵਿੱਚ ਆਏ ਹੋ ਬਹੁਤ ਵੱਡੀਆਂ ਸੇਵਾਵਾਂ ਵਿਦੇਸ਼ ਵਿੱਚ ਔਰ ਆਪਣੇ ਦੇਸ਼ ਵਿੱਚ ਵੀ ਨਿਭਾ ਰਹੇ ਹੋ ਬੜਾ ਸਾਨੂੰ ਮਾਣ ਆ ਤੁਹਾਡੇ ਉੱਤੇ ਔਰ ਕਦੇ-ਕਦੇ ਮਿਲ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਸਿੱਖ ਕੌਮ ਦੇ ਅੰਦਰ ਐਸੇ ਕੋਈ ਨੂਰ ਹੀਰੇ ਨੇ ਜਿਹੜੇ ਸਾਡੇ ਪ੍ਰਚਾਰਕਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਕਿ ਇੰਡੀਅਨ ਸਿੱਖ ਕਮਿਊਨਿਟੀ ਸੰਸਥਾ ਜਿਹੜੀ ਬਣੀ ਇਟਲੀ ਵਿੱਚ ਕਦੋਂ ਹੋਂਦ ਵਿੱਚ ਆਈ ਔਰ ਉਹਨਾਂ ਦੇ ਵਿਸ਼ੇਸ਼ ਉਪਰਾਲੇ ਕੀ ਨੇ ਵਰ ਸਾਹਿਬ ਇਹ ਤੇ ਇੱਕ ਕਾਗਜ਼ਾਂ ਦੇ ਵਿੱਚ ਜਿਹੜੀ ਰਜਿਸਟਰ ਕੀਤੀ ਆ ਇਹ ਅਸੀਂ 2009 ਚ ਵਾ ਪਰ ਉਦਾਂ ਤੇ ਜਦੋਂ ਉਹਦੇ ਦਾਸ ਇਟਲੀ ਦੇ ਵਿੱਚ ਆ ਵੀ ਸਿੱਖ ਪ੍ਰਤੀ ਦਾਸ ਵਾਂਗ ਨਵਾਉਂਦਾ ਸਾਰੀਆਂ ਜੱਥੇ ਬੰਦੀਆਂ ਦੇ ਨਾਲ ਜੀ ਔਰ ਅੱਜ ਸਾਨੂੰ 15 ਸਾਲ ਤੋਂ ਉੱਪਰ ਜਿਹੜੀ ਕਾਗਜ਼ ਦੇ ਵਿੱਚ ਰਜਿਸਟਰਡ ਹੈ ਇੰਡੀਅਨ ਸਿੱਖ ਮੁੰਟੀ ਇਟਲੀ ਦਾਸ ਸੇਵਾਦਾਰ ਹੈ ਔਰ ਸਾਨੂੰ ਇੱਕ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਹਾਡੇ ਨਾਲ ਅੱਜ ਰੂਪ ਰੂਪ ਹੋਇਆ ਔਰ ਬੜੀ ਮਹਾਰਾਜ ਦੀ ਕਿਰਪਾ ਜੀ ਨਹੀਂ ਬਹੁਤ ਚੰਗਾ ਲੱਗਾ ਜੀ ਜਿਥੇ ਤੁਹਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਮੈਨੂੰ ਆਪਣੇ ਆਪ ਵਿੱਚ ਵੀ ਬੜਾ ਅੱਜ ਫਖਰ ਹੈ ਕਿਉਂਕਿ ਇਸ ਮੰਚ ਉੱਤੇ ਨਾ ਕਵੀਸ਼ਰ ਤੇ ਢਾਡੀ ਹੀ ਮੇਰੇ ਨਾਲ ਡਿਬੇਟ ਕਰਦੇ ਰਹੇ ਇਸ ਵਿਸ਼ੇ ਤੇ ਅੱਜ ਪਹਿਲੀ ਵਾਰੀ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਜਿਨ੍ਹਾਂ ਨੇ ਕਵੀਸ਼ਰਾਂ ਵਾਸਤੇ ਢਾਡੀਆਂ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕਰ ਲਈਆਂ ਵਿਦੇਸ਼ਾਂ ਵਿੱਚ ਉਹਨਾਂ ਵਾਸਤੇ ਵੱਡੇ ਉਪਰਾਲੇ ਕੀਤੇ ਉਹਨਾਂ ਨਾਲ ਵੀ ਮੈਨੂੰ ਇਸ ਮੰਚ ਉੱਤੇ ਬੈਠਣ ਦਾ ਸੁਭਾਗਾ ਸਮਾਪਰਾਪਤ ਹੋਇਆ ਸਿੱਖ ਜਥੇਬੰਦੀਆਂ ਵਿਦੇਸ਼ ਵਿੱਚ ਬਹੁਤ ਵੱਡਾ ਕਾਰਜ ਕਰ ਰਹੇ ਹਾਂ ਗੁਰੂ ਦਰਬਾਰ ਸਾਹਿਬ ਦੀਆਂ ਸੁਭਾਵਾਂ ਉਥੋਂ ਦੇ ਹਾਲਾਤ ਜਿਹੜੇ ਨੇ ਉਹ ਜਰ ਸੰਗਤ ਦੇ ਰੂਬਰੂ ਜਰੂਰ ਰੱਖੋ ਸਾਡੇ ਇਟਲੀ ਦੇ ਵਿੱਚ ਬੜੀ ਮਹਾਰਾਜ ਦੀ ਕਿਰਪਾ ਜੀ ਔਰ ਲਗਭਗ 75 ਤੋਂ 80 ਗੁਰੂ ਘਰ ਹੋਣ ਦੇ ਵਿੱਚ ਹਨ ਵਾਹ ਕੀ ਬਾਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰੂ ਘਰ ਸਾਡੇ ਇਟਲੀ ਦੇ ਵਿੱਚ ਨੌਰਥ ਦੇ ਵਿੱਚ ਵੀ ਹੈ ਸੁੱਧ ਦੇ ਵਿੱਚ ਵੀ ਹੈ ਜੀ ਔਰ ਬੜੇ ਉਤਸ਼ਾਹ ਦੇ ਨਾਲ ਨਗਰ ਕੀਰਤਨ ਔਰ ਵੱਡੇ ਪੱਧਰ ਤੇ ਪ੍ਰੋਗਰਾਮ ਜਿਹੜੇ ਮਨਾਏ ਜਾਂਦੇ ਆ ਜੀ ਔਰ ਜਦੋਂ ਅਸੀਂ ਪੰਜਾਬ ਚ ਆਉਨੇ ਆ ਬਿਲਕੁਲ ਤੇ ਅੱਜ ਤੋਂ ਪੰਜਾਬ ਤੋਂ ਵਾਪਸ ਜਾਣੇ ਆ ਪਰ ਸਾਨੂੰ ਇਹਦਾ ਮਹਿਸੂਸ ਨਹੀਂ ਹੁੰਦਾ ਵੀ ਬੜੀ ਕਿਰਪਾ ਵਾ ਯੋਰਪ ਦੇ ਵਿੱਚ ਬਿਲਕੁਲ ਵੀ ਸਾਡੇ ਬੱਚੇ ਦਮਾਲਿਆਂ ਦੇ ਵਿੱਚ ਔਰ ਵੱਡੀ ਪੱਧਰ ਦੇ ਜਿਹੜੇ ਦੋ ਕੱਠ ਵੇਖਣ ਨੂੰ ਮਿਲਦੇ ਨੇ ਸਿੱਖ ਪੁਸ਼ਾਕਾਂ ਵਿੱਚ ਖਲਸਾਈ ਬਾਣੇ ਵਿੱਚ ਨਜ਼ਰ ਆਉਂਦੇ ਬਿਲਕੁਲ ਜੀ ਮੈਂ 2011 ਵਿੱਚ ਇਟਲੀ ਪਹਿਲੀ ਵਾਰੀ ਉਤਰਿਆ ਜੀ ਤੇ ਮੈਨੂੰ ਜਾਂਦਿਆ ਸੀ ਸੁਭਾਗਾ ਸਮਾਏ ਮਿਲ ਗਿਆ ਕਿ ਇਹ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਅਸਾਖੀ ਪੂਰਬ ਤੇ ਅੱਛਾ ਔਰ ਜਦੋਂ ਮੈਂ ਉਸ ਸਟੇਜ ਉੱਤੇ ਪਹੁੰਚਿਆ ਤੇ ਮੈਂ ਅਨਾਉਂਸ ਕੀਤਾ ਸੀਗਾ ਕਿ ਜੇ ਕੋਈ ਸਿੱਧੀ ਫਲਾਈਟ ਇੱਥੇ ਲੈ ਆਵੇ ਮੈਨੂੰ ਇੱਥੇ ਉਤਾਰ ਦੇਵੇ ਤੇ ਹੋ ਸਕਦਾ ਮੈਂ ਉਹਦੇ ਗਲ ਪੈ ਜਾਵਾਂ ਵੀ ਤੂੰ ਮੈਨੂੰ ਇੰਡੀਆ ਚ ਉਤਾਰਤਾ ਮਤਲਬ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਆ ਉੱਥੇ ਤੁਸੀਂ ਹਾਂਜੀ ਵਾਕਿਆ ਹੀ ਕੇਸਰੀ ਦਸਤਾਰਾਂ ਕੇਸਰੀ ਦੁਪੱਟੇ ਬੀਬੀਆਂ ਦੇ ਸਿਰਾਂ ਉੱਤੇ ਦੂਰ ਦੂਰ ਤੱਕ ਜਿੱਥੋਂ ਤੱਕ ਇਨਸਾਨ ਦੀ ਨਿਗਾਹ ਜਾਂਦੀ ਉੱਥੋਂ ਤੱਕ ਨਗਰ ਕੀਰਤਨ ਦੀ ਸ਼ਾਨ ਬੜੀ ਵੱਡੀ ਤੇ ਉਹਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਇੰਜ ਲੱਗ ਰਿਹਾ ਸੀ ਜਿਵੇਂ ਇੰਡੀਆ ਵਰਗਾ ਹੀ ਮਾਹੌਲ ਇਟਲੀ ਵਿੱਚ ਵੀ ਸਿਰਜਿਆ ਹੋਇਆ ਸੀਗਾ ਪਰ ਸਾਡੇ ਇੱਥੇ ਆ ਹੁਣੇ ਹੀ 15 ਅਪ੍ਰੈਲ ਨੂੰ ਜੀ ਵਿਸਾਖੀ ਦਾ ਤਿਹਾਰ ਮਨਾਇਆ ਗਿਆ ਜੀ ਔਰ ਬਰੇਸ਼ੀਆ ਦੇ ਵਿੱਚ 30000 ਤੋਂ ਉੱਪਰ ਸੰਗਤਾਂ ਸਨ ਜੀ 30 ਤੋਂ 35000 ਦਾ ਘਟ ਸੀ ਕੀ ਬਾਤ ਜਿਹੜੀਆਂ ਸੰਗਤਾਂ ਦਾ ਘਟ ਸੀ ਤੇ ਬੜੀ ਮਹਾਰਾਜ ਦੀ ਕਿਰਪਾ ਜੀ ਵਾਹ ਜਿਹੜਾ ਸਾਡਾ ਪੁਰਾਣੇ ਗੁਰੂ ਘਰ ਨੇ ਬਰੇਸ਼ਾ ਚ ਗੁਰਦੁਆਰਾ ਸਿੰਘ ਸਭਾ ਫਲੈਰੋ ਉਹਨਾਂ ਵੱਲੋਂ ਸੀ ਨਗਰੀ ਕੀਰਤਨ ਔਰ ਬੜੀ ਮਹਾਰਾਜੀ ਦੀ ਕਿਰਪਾ ਔਰ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਆ ਜਾਂ ਯੂਰਪ ਦੀ ਧਰਤੀ ਤੇ ਆ ਜੀ ਕੀ ਬਾਤ ਹੈ ਬਿਲਕੁਲ ਇਹ ਗੁਰੂਕਰਾਂ ਦੀ ਗਿਣਤੀ ਬਾਰੇ ਤੁਸੀਂ ਥੋੜਾ ਜ਼ਿਕਰ ਕੀਤਾ ਸੀਗਾ ਇਟਲੀ ਪੂਰੇ ਯੂਰਪ ਵਿੱਚ ਤੇ ਬਹੁਤ ਸਾਰੇ ਗੁਰਦੁਆਰੇ ਨੇ ਕਿਉਂਕਿ 26 27 ਕੰਟਰੀਆਂ ਮੇਰੇ ਖਲ ਜੋੜਦੀਆਂ ਯੂਰਪ ਦੀਆਂ ਇਟਲੀ ਵਿੱਚ ਕਿੰਨੇ ਗੁਰੂਕਰ ਨੇ ਲਗਭਗ 80 ਦੇ ਲੱਗ ਕੇ ਪਹੁੰਚ ਗਏ ਜੀ ਇਟਲੀ ਵਿੱਚ 80 ਹਾਂਜੀ ਹਾਂਜੀ ਇਟਲੀ ਵਿੱਚ ਸਿੱਖ ਸੰਸਥਾਵਾਂ ਨੇ ਜਾ ਉਥੋਂ ਦੀਆਂ ਬੜੀਆਂ ਪ੍ਰਬੰਧਕ ਕਮੇਟੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਬੜਾ ਵੱਡਾ ਉਪਰਾਲਾ ਕਰ ਰਹੇ ਨੇ ਪਰ ਅੱਜ ਕੱਲ ਇੱਕ ਸਾਡੇ ਸਾਹਮਣੇ ਇੱਕ ਬੜੀ ਵੱਡੀ ਮੁਸ਼ਕਲ ਆ ਰਹੀ ਕਿ ਕਵੀਸ਼ਰ ਟਾਡੀਆਂ ਨੂੰ ਪ੍ਰਚਾਰਕਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ ਦਾ ਕਾਰਨ ਕੀ ਹੋ ਸਕਦਾ ਨੀ ਕਾਰਨ ਜੀ ਬੇਨਤੀ ਇਹੋ ਹੀ ਆ ਵੀ ਇੱਕ ਪਿੱਛੇ ਜਿਹਾ ਕਰੋਨਾ ਆ ਗਿਆ ਸੀ ਜਿਹਦੇ ਵਿੱਚ 20 ਤੇ 21 ਜੀ ਤੇ 22 ਵੀ ਸੰਤਾਪ ਨਾਲ ਹੀ ਹੰਡਾਇਆ ਆਪਾਂ ਜੀ ਬਿਲਕੁਲ ਔਰ ਵੀ ਜੇ ਮਿਲਦੇ ਆ ਪਰ ਕੁਝ ਸਾਨੂੰ ਆਪ ਵੀ ਜ਼ਿੰਮੇਵਾਰੀ ਨਾ ਪਹਿਰਾ ਦੇਣਾ ਚਾਹੀਦਾ ਜਿਹੜੇ ਜਥੇਬੰਦੀਆਂ ਸਪான்ਸਰ ਕਰਦੀਆਂ ਜਿਹੜੇ ਜਥੇ ਜਾਂਦੇ ਆ ਉਹ ਟਾਈਮ ਨਾਲ ਜਾਣ ਟਾਈਮ ਨਾਲ ਵਾਪਸ ਹੋਣ ਤੇ ਮਾਰੇ ਚੜ੍ਹਦੀ ਕਲਾ ਕੋਈ ਡੀ ਪ੍ਰੋਬਲਮ ਵੀ ਨਹੀਂ ਹਾਂ ਜੇ ਸਮੇਂ ਵਜਾਈਏ ਸਮੇਂ ਵਿੱਚ ਵਾਪਸ ਆ ਜਾਈਏ ਸ਼ਾਇਦ ਐਮਬੈਸੀ ਸਾਡੇ ਤੇ ਕੋਈ ਰੋਕ ਨਾ ਲਾਵੇ ਜੀ ਜੀ ਕਈ ਵਾਰ ਫਿਰ ਸਾਡੇ ਵਿੱਚ ਵੀ ਢਿੱਲਾ ਹੋਣ ਗਿਆ ਜਿਹੜੇ ਕਮਿਸ਼ਨ ਟਾਡੀ ਪ੍ਰਚਾਰਕ ਜਾਂਦੇ ਨੇ ਪ੍ਰਚਾਰਕ ਉੱਥੇ ਜਾ ਕੇ ਸਮੇਂ ਸਿਰ ਵਾਪਸ ਨਹੀਂ ਪਹੁੰਚਦੇ ਓਵਰਸਟੇ ਹੋ ਕੇ ਆਉਂਦੇ ਨੇ ਅਜੇ ਤੱਕ ਇਦਾਂ ਹੋਇਆ ਨਹੀਂ ਪਰ ਕਈ ਜਥੇ ਵਿਚਾਰੇ ਨਾ ਕਈ ਵਾਰੀ ਕੋ ਪ੍ਰੋਬਲਮ ਆ ਜਾਂਦੀ ਹੈ ਜਿੱਦਾਂ ਕੋ ਲੇਟ ਹੋ ਗਿਆ ਇੱਥੋਂ ਲੇਟ ਗਿਆ ਵੀਜ਼ਾ ਲੱਗਾ ਜੇ ਵੀਜ਼ਾ 2 ਮਹੀਨੇ ਦਾ ਤੇ 1 ਵੀਕਾ ਇੱਥੋਂ ਲੇਟ ਹੋ ਗਿਆ ਫੇ ਉੱਥੋਂ ਹੀ ਟਿਕਟ ਦੀ ਨਹੀਂ ਬੜੀ ਬੁਕਿੰਗ ਤੇ ਬਾਕੀ ਕੋਈ ਢੀ ਪ੍ਰੋਬਲਮ ਨਹੀਂ ਬੜੀ ਮਹਾਰਾ ਦੀ ਕਿਰਪਾ ਔਰ ਸਾਡੇ ਜਥੇਬੰਦੀਆਂ ਗੁਰੂਕਾਰ ਦੀਆਂ ਪ੍ਰਬੰਧਕ ਕਮੇਟੀਆਂ ਅੱਜ ਵੀ ਦਿਲੋਂ ਖਿੱਚ ਕਰਦੀਆਂ ਵੀ ਪੰਜਾਬ ਦੀ ਧਰਤੀ ਤੋਂ ਢਾਡੀ ਰਾਗੀ ਕਬੀਸ਼ਰ ਔਰ ਕੀਤਨੀਆਂ ਜ਼ਰੂਰਤ ਪਹੁੰਚਣ ਜੀ ਬਿਲਕੁਲ ਕਿਉਂਕਿ ਸਿੱਖੀ ਦਾ ਪ੍ਰਚਾਰ ਜੇ ਅਸੀਂ ਚਾਹੁੰਦੇ ਆ ਕਿ ਵਿਦੇਸ਼ਾਂ ਵਿੱਚ ਵੀ ਸਿੱਖੀ ਵੱਧਦੀ ਰਹੇ ਹਾਂਜੀ ਸਿੱਖੀ ਦਾ ਝੰਡਾ ਬਲੰਦ ਰਹੇ ਫਿਰ ਤੇ ਇੱਕ ਪ੍ਰਚਾਰਕ ਦੀ ਜ਼ਰੂਰਤ ਆ ਕਿਉਂਕਿ ਜਿੰਨਾ ਚਿਰ ਪ੍ਰਚਾਰਕ ਨਹੀਂ ਜਾਂਦਾ ਉਹ ਸਹੀ ਦਿਸ਼ਾ ਨਹੀਂ ਦੱਸ ਸਕਦਾ ਸਾਡੀ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਨਾਲ ਤਾਂ ਹੀ ਜੁੜ ਸਕਦੀ ਜੇ ਕਿਤੇ ਨਾ ਕਿਤੇ ਪ੍ਰਚਾਰਕ ਸਾਡੇ ਕੋਲ ਉਹ ਵੀ ਕੋਈ ਹਾਈ ਕੁਆਲਿਟੀ ਵਾਲਾ ਜਿਹੜਾ ਸਟੇਜ ਉੱਤੇ ਸਿੱਖ ਇਤਿਹਾਸ ਨੂੰ ਬਾਕੂਬੀ ਨਿਵਾ ਸਕੇ ਔਰ ਉਹ ਵਿਰਸਾ ਸੁਣਾਵੇ ਜਿਹੜਾ ਵਿਰਸਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸਮਝ ਲਓ ਜਾਂ ਗੁਰਬਾਣੀ ਦੀ ਕਸਵਟੀ ਉੱਤੇ ਪੂਰਾ ਉਤਰਦਾ ਵੇ। ਕਈ ਵਾਰੀ ਕੁਝ ਐਸੇ ਜਥੇ ਚਲੇ ਗਏ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਜਥੇ ਨਹੀਂ ਉਹ ਫਰਮੈਸ਼ ਤੌਰ ਤੇ ਚਲੇ ਗਏ ਉੱਥੇ ਉਹਨਾਂ ਜਾ ਕੇ ਉਹ ਪੂਰਾ ਕਾਰਜ ਨਹੀਂ ਕਰ ਸਕੇ। ਕਦੇ ਇਸ ਤਰ੍ਹਾਂ ਵੀ ਤੁਹਾਡੇ ਸਾਹਮਣੇ ਹੋਇਆ। ਨਹੀਂ ਸਾਡੇ ਕੋਲ ਜੇ ਜਥੇ ਜਾਂਦੀ ਹੈ ਸਾਡੇ ਕੋਲ ਪੂਰੇ ਨਹੀਂ ਹੁੰਦੇ। ਹਮ ਅਸੀਂ ਹੁਣ ਆਪ ਜੀ ਨੂੰ ਵੀ ਬੇਨਤੀ ਕਰਾਂਗੇ ਵੀ ਜਥੇ ਯੂਰਪ ਦੇ ਵਿੱਚ ਆਉਣੇ ਚਾਹੀਦੇ ਆ ਜ਼ਰੂਰੀ ਨਹੀਂ ਕਿ ਆਪਾਂ ਇਟਲੀ ਦਾ ਵੀਜ਼ਾ ਵਾ ਜਰਮਨ ਫ੍ਰਾਂਸ ਬੈਲਜੀਅਮ ਡੈਨਮਾਰਕ ਸਟਰੀਆ ਕਿਸੇ ਵੀ ਕੰਟਰੀ ਚਾਹਤੇ ਬੰਦਾ ਸਾਰੇ ਬੰਨੇ ਸੰਗਤਾਂ ਦੇ ਦਰਸ਼ਨ ਦੇਦਾਰੀ ਕਰ ਸਕਦਾ ਤੇ ਸੰਗਤਾਂ ਵੀ ਸੁਣ ਸਕਦਾ ਬਿਲਕੁਲ 26 ਕੰਟਰੀਆਂ ਜਾਂ 28 ਕੰਟਰੀਆਂ ਯੂਰਪ ਦੀਆਂ ਉਹਦੇ ਵਿੱਚ ਜਥੇ ਕਾਫੀ ਚਲੇ ਜਾਣਗੇ 10 15 20 ਜਥੇ ਵੀ ਹੋਣ ਤੇ ਉਹ ਸੇਵਾਵਾਂ ਨਿਭਾ ਸਕਦੇ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਮੇਰਾ ਖਿਆਲ ਪਿੱਛੇ ਜੇ ਇਟਲੀ ਦੇ ਰਾਜਦੂਤ ਇੱਥੇ ਆਏ ਹਾਂਜੀ ਬਸਟਰ ਸਾਹਿਬ ਪਹੁੰਚੇ ਸੀਗੇ ਮੇਰੇ ਖਿਆਲ ਉਸ ਤੋਂ ਪਹਿਲਾਂ ਵੀ ਆਏ ਜੀ ਉਹਨਾਂ ਦਾ ਕਿਵੇਂ ਸੁਭਬ ਬਣਿਆ ਸ੍ਰੀ ਅਕਾਲ ਤਖਤ ਸਾਹਿਬ ਵੀ ਪਹੁੰਚੇ ਸੀਗੇ ਬਾਦ ਸਾਹਿਬ ਇਹ ਤੇ ਗੁਰਨਾਨ ਪਾਤਸ਼ਾਹ ਦੀ ਕਿਰਪਾ ਜੀ ਬਿਲਕੁਲ ਦਾਸ ਨੂੰ ਸੇਵਾ ਮਿਲੀ ਇਹਦੇ ਵਿੱਚ ਦਾਸ ਦੀ ਕੋਈ ਏਡੀ ਨਹੀਂ ਵਡਿਆਈ ਵੀ ਮੈਂ ਕੀਤਾ ਇਹ ਮੇਰੇ ਪਾਤਸ਼ਾਹ ਨੇ ਕੀਤਾ ਜੀ ਵਾਹ ਕੀ ਬਾਤ ਇਟਲੀ ਦੀਆਂ ਜਥੇਬੰਦੀਆਂ ਹਮ ਇਟਲੀ ਦੀਆਂ ਸੰਗਤਾਂ ਗੁਰੂ ਘਰ ਦੀਆਂ ਕਮੇਟੀਆਂ ਜਿਨ੍ਹਾਂ ਦਾ ਸਹਿਯੋਗ ਜਿਨ੍ਹਾਂ ਦੀਆਂ ਅਰਦਾਸਾਂ ਜਿਹੜੇ ਦਾਸ ਨੂੰ ਹੌਸਲਾ ਦਿੰਦੇ ਆ ਵਾਹ ਤੇ ਸਾਡੇ ਕੋਲ ਪਹਿਲੀ ਵਾਰੀ ਅੰਬੈਸਡਰ 14 ਚ ਆਏ ਸੀ ਜੀ ਫਿਰ 17 ਚ ਤੇ ਹੁਣ ਆ ਥੋੜੇ ਦਿਨੀ ਹੋ ਗਈ ਪਿਛਲੇ ਦਿਨਾਂ ਚ ਸਾਡੇ ਇਹ ਦਿੱਲੀ ਤੋਂ ਅੰਬੈਸਡਰ ਹੁਣ ਚ ਔਰ ਬੜੀ ਉਹਨਾਂ ਨੇ ਚਾਹ ਔਰ ਖੁਸ਼ੀ ਮਹਿਸੂਸ ਕੀਤੀ ਪਈ ਦਰਬਾਰ ਸਾਹਿਬ ਦੇ ਦਰਸ਼ਨ ਦੇਦਾਰੀ ਕੀਤੇ ਸਿੰਘ ਸਾਹਿਬ ਜੀ ਨਾਲ ਬੈਠੇ ਹਾਂ ਜੇ ਦਰਸ਼ਕੀ ਅਕਾਲ ਤਖਸ ਸਭ ਗਗਨ ਹਰਪ੍ਰੀਤ ਸਿੰਘ ਔਰ ਨਾਲ ਮੁਲਾਕਾਤ ਹੋਈ ਔਰ ਮੈਂ ਤੁਹਾਡੀ ਵੀਡੀਓ ਵੇਖ ਰਿਹਾ ਸੀਗਾ ਉਹਨਾਂ ਨੇ ਬੜੀ ਦਿਲੋਂ ਹਰਮੰਦਰ ਸਾਹਿਬ ਜੀ ਦੀ ਵਡਿਆਈ ਕਰਦੇ ਆ ਮਾਣ ਮਹਿਸੂਸ ਕੀਤਾ ਕਿ ਅਸੀਂ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਤੇ ਮਨ ਨੂੰ ਬੜੀ ਸ਼ਾਂਤੀ ਆਈ ਬੜਾ ਸਕੂਨ ਪ੍ਰਾਪਤ ਹੋਇਆ ਹਾਂ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਉਹ ਜਦੋਂ ਰਾਜਦੂਤ ਜਾਂ ਇਥੋਂ ਦਿੱਲੀ ਤੋਂ ਕੋਈ ਅੰਬੈਸੀ ਤੋਂ ਅਧਿਕਾਰੀ ਆਉਂਦਾ ਉਹਦੇ ਮਨ ਵਿੱਚ ਕੀ ਭਾਵਨਾਵਾਂ ਪੈਦਾ ਹੁੰਦੀ ਹੈ ਹਰਮਦਰ ਸਾਹਿਬ ਪਹੁੰਚ ਕੇ ਪਰ ਸਭ ਬੇਨਤੀ ਹੈ ਵੀ ਜਿਹੜੀ ਅਸੀਂ ਵੱਡੇ ਪੱਧਰ ਤੇ ਗੋਰੀਆਂ ਨੂੰ ਨਹੀਂ ਦੱਸ ਸਕਦੇ ਹੂੰ ਜੇ ਸਾਡਾ ਰਾਜਦੂਤ ਆਉਂਦਾ ਹੈ ਸਾਡੇ ਐਮਬੈਸਡਰ ਸਾਹਿਬ ਆਉਂਦੇ ਆ ਪਰਿਵਾਰ ਸਮੇਤ ਆਉਂਦੇ ਆ ਜੀ ਔਰ ਜਦੋਂ ਜਿਹੜੀ ਚੀਜ਼ ਵੇਖ ਕੇ ਜਾਂਦੇ ਆ ਉਹ ਕਿਤਨਾ ਕਿਤੇ ਪ੍ਰਚਾਰਦੇ ਆ ਬਹੁਤ ਜਿਆਦੀ ਵਧੀਆ ਬਾਤ ਆਪਣੇ ਪਰਿਵਾਰ ਵਿੱਚ ਜਾ ਕੇ ਆਪਣੀ ਕਮਿਊਨਿਟੀ ਵਿੱਚ ਗੋਰਿਆਂ ਵਿੱਚ ਜਾਂ ਕਾਲੀਆਂ ਲੋਕਾਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ ਜੀ 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 ਆਉਣ ਵਾਲੇ ਸਮੇਂ ਦੇ ਵਿੱਚ ਕੀ ਉਪਰਾਲੇ ਕੀਤੇ ਜਾ ਸਕਦੇ ਨੇ ਕਿ ਸਿੱਖੀ ਦਾ ਪ੍ਰਚਾਰ ਵੱਧਦਾ ਫੁੱਲਦਾ ਰਹੇ ਵਦੇਸ਼ਾਂ ਵਿੱਚ ਜਥੇ ਜਾ ਕੇ ਸੇਵਾਵਾਂ ਕਰਨ ਇਹਦੇ ਬਾਰੇ ਕੋਈ ਖਾਸ ਕਿਸ ਤਰੀਕੇ ਨਾਲ ਆਪਾਂ ਅੱਗੇ ਆ ਸਕਦੇ ਆਂ ਇਹਦੇ ਚੀਜ਼ੀ ਜੇ ਤੇ ਸਾਨੂੰ ਸਹਯੋਗ ਐ ਇਥੋਂ ਦੇ ਜਥੇ ਔਰ ਢਾਡੀ ਰਾਗੀ ਹੂੰ ਇਹ ਵੀ ਸਾਡੇ ਨਾਲ ਰਾਬਤਾ ਰੱਖਣ ਬਿਲਕੁਲ ਸਾਡੇ ਇਟਲੀ ਦੀਆਂ ਸੰਗਤਾਂ ਗੁਰੂ ਘਰ ਦੀਆਂ ਕਮੇਟੀਆਂ ਅਸੀਂ ਤੇ ਚਾਹੁੰਦੇ ਆ ਸਾਡੇ ਕੋਲ ਤਹੀਂ ਤੇ ਦਰਵਾਜ਼ੇ ਖੁੱਲ੍ਹਿਆ ਜੀ ਜਿੰਨਾ ਵੀਜਾ ਮਿਲਦਾ ਉਹਨਾਂ ਲਈ ਹੀ ਹਾਜ਼ਰੀ ਭਰ ਚੋ ਬਿਲਕੁਲ ਹੁਣ ਕਿ ਮੈਂ ਚਾਹੁੰਦਾ ਪਿੱਛੇ ਜਿਵੇਂ ਆਪਾਂ ਆਫ ਕੈਮਰੇ ਤੇ ਗੱਲ ਕਰ ਰਹੇ ਸੀਗੇ ਗਿਆਨੀ ਜੀ ਹੋਰਾਂ ਨਾਲ ਕਿ ਜੇ ਇੱਕ ਐਸਾ ਪ੍ਰਬੰਧ ਬਣ ਜਾਏ ਕਿ ਚਾਰ ਜਥੇ ਪੰਜ ਜਥੇ 10 ਜਥੇ ਗਏ ਆ ਹਾਂਜੀ ਉਹ 3 ਮਹੀਨੇ ਦਾ ਟੂਰ ਕਰਕੇ ਵਾਪਸ ਆਪਣੇ ਟਾਈਮ ਸਰ ਕਰੇ ਆਉਣ ਇੰਡੀਆ ਵਿੱਚ ਆਉਣ ਦੂਜਿਆਂ ਨੂੰ ਵੀਜ਼ਾ ਮਿਲ ਜਾਏ ਉਹ ਜਾਂਦੇ ਨੇ ਦੂਜਿਆਂ ਨੂੰ ਸਭਨਾਂ ਨੂੰ ਮੌਕਾ ਵੀ ਮਿਲੇ ਪ੍ਰਚਾਰ ਵੀ ਹੋਵੇ ਜੀ ਜੀ ਔਰ ਡਿਸਪਲਿਨ ਵਿੱਚ ਵੀ ਅਸੀਂ ਪੂਰੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰ ਸਕੀਏ ਕੁਝ ਇਹੋ ਜਿਹੇ ਮੁਸ਼ਕਲਾਂ ਵੀ ਆ ਰਹੀਆਂ ਨੇ ਕਿ ਜਥੇ ਇਸ ਤਰ੍ਹਾਂ ਨਹੀਂ ਕਰਦੇ ਨਹੀਂ ਪਰ ਸਾਹਿਬ ਬੇਨਤੀ ਇਹ ਆ ਆ ਵੀ ਜਿਹੜੇ ਜਥੇ ਆ ਨਾ ਉਹ ਉਹ ਚਾਉਂਦੇ ਵੀ ਮੈਚ ਚੱਲ ਜਾ ਤੇ ਦੂਸਰਾ ਭਾਵੇਂ ਪਿੱਛੇ ਰਹਿ ਜਾਈਏ ਵੇਖੋ ਜੀ ਮਾਫ ਕਰਨਾ ਮੈਂ ਇੱਕ ਸਹਿਜ ਚੀਜ਼ ਸੁਭਾਈ ਕਰ ਰਿਹਾ ਪਰ ਮੈਂ ਚਾਹੁੰਦਾ ਵੀ ਸਾਰੇ ਹੀ ਜਥੇ ਪੰਜਾਬ ਤੋਂ ਰਾਪਤੇ ਚ ਹੋਣ ਵਾਹ ਬਿਲਕੁਲ ਹੁਣ ਜੇ ਸਾਨੂੰ ਕੋਈ ਕਾਲ ਆਉਂਦੀ ਹੈ ਸਾਡੇ ਜਿਹੜੇ ਸਤਕਾਰਯੋਗ ਉੱਥੇ ਵੀਰ ਆ ਜਿਹੜੇ ਪ੍ਰਧਾਨ ਨੇ ਜਥੇਬੰਦੀਆਂ ਦੇ ਲੀਡਰ ਹੈ ਹਰ ਕੋ ਬੰਦਾ ਇਹ ਚਾਹੁੰਦਾ ਵਾ ਕਿ ਮਸਾਕੀ ਤੇ ਸਾਡੇ ਕੋ ਟਾਡੀ ਜ਼ਰੂਰ ਪਹੁੰਚਣ ਕਵੀਸ਼ਰ ਪਹੁੰਚਣ ਜਥੇ ਜਾਣਗੇ ਤੇ ਰੌਣਕ ਲੱਗੇ ਰੌਣਕ ਲੱਗੂਗੀ ਜੀ ਸੰਗਤ ਨੂੰ ਕੋ ਸੰਬੋਧਨ ਕਰ ਸਕਦੇ ਆ ਇਤਿਹਾਸ ਬਾਰੇ ਪਤਾ ਲੱਗੇਗਾ ਕਿਉਂਕਿ ਵਿਦੇਸ਼ਾਂ ਵਿੱਚ ਬੱਚੇ ਜਿਹੜੇ ਉਧਰ ਦੇ ਬਾਰਨ ਨੇ ਜਾਂ ਜਿਨ੍ਹਾਂ ਨੇ ਅਜੇ ਤੱਕ ਸੁਣਿਆ ਹੀ ਨਹੀਂ ਸਿੱਖ ਇਤਿਹਾਸ ਜੀ ਉਹਨਾਂ ਨੂੰ ਅਕਸਰ ਪ੍ਰਚਾਰਕ ਹੀ ਸੰਬੋਧਨ ਕਰੇਗਾ ਤ ਉਹਨਾਂ ਨੂੰ ਥੋੜਾ ਬਹੁਤਾ ਸਿੱਖੀ ਬਾਰੇ ਪਤਾ ਲੱਗ ਸਕਦਾ ਵਰਨ ਬੱਚੇ ਕਈ ਵਾਰ ਇਤਿਹਾਸ ਤੋਂ ਬਾਝੇ ਰਹਿ ਜਾਂਦੇ ਕੋਸ਼ਿਸ਼ ਤਾਂ ਬਹੁਤ ਕਰਦੇ ਆ ਹੂੰ ਸਾਡੇ ਕੋਲ ਜਥੇ ਆਉਂਦੇ ਵੀ ਆ ਇਹ ਨਹੀਂ ਵੀ ਜਥੇ ਆ ਨਹੀਂ ਰਹੇ ਜੀ ਸਾਡੇ ਕੋਲ ਇਟਲੀ ਦੇ ਵਿੱਚ ਜਥੇ ਵੀ ਆਉਂਦੇ ਆ ਕੀਰਤਨੀਆਂ ਵੀ ਜਾ ਰਹੇ ਆ ਔਰ ਬੜੀ ਮਾਰੇ ਦੀ ਕਿਰਪਾ ਵਾਂ ਪਰ ਅਸੀਂ ਤੇ ਦਿਲੀ ਕੋਸ਼ਿਸ਼ ਕਰਦੇ ਆ ਵੀ ਸਾਡੀ ਜਿਹੜੀ ਪਨੀਰੀ ਆ ਉਹ ਸੰਭੀ ਜਾਵੇ ਬਿਲਕੁਲ ਸਹੀ ਸਾਡੀ ਜਿਹੜੀ ਪਨੀਰੀ ਆ ਇਹ ਸਿੱਖੀ ਚ ਵਧੇ ਫੁੱਲੇ ਪਰ ਜਿਹੜੇ ਇਥੋਂ ਪ੍ਰਚਾਰਕ ਜਾਂਦੇ ਆ ਜਥੇ ਜਾਂਦੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਟਾਈਮ ਟੂ ਟਾਈਮ ਦੇ ਨਾਲ ਹੀ ਜਾਣਾ ਤੇ ਟਾਈਮ ਦੇ ਨਾਲ ਹੀ ਆਪਣੇ ਘਰ ਵਾਪਸ ਆਉਣਾ ਵਾਪਸ ਆਉਣਾ ਜਿਹੜੇ ਜਥੇ ਹੁਣ ਜਾ ਕੇ ਕਹਿ ਦਿੰਦੇ ਆ ਵੀ ਅਸੀਂ ਵਾਪਸੀ ਨਹੀਂ ਜਾਣਾ ਤੇ ਫਿਰ ਤੇ ਭਾਰਤ ਸਾਹਿਬ ਵੀ ਅਸੀਂ ਦੁਜੇਰ ਵੀਜ਼ਾ ਕਿੱਥੋਂ ਲੈ ਲੈਣਾ ਜੀ ਬਹੁਤ ਮੁਸ਼ਕਲ ਹੋ ਜਾਂਦਾ ਇਹ ਵਰਲਡ ਵਾਰ ਵਿੱਚ ਸਿੱਖ ਯੋਧੇ ਸ਼ਹੀਦ ਹੋਏ ਜੀ ਜੀ ਉਹਨਾਂ ਦੀ ਕੋਈ ਯਾਦਗਾਰ ਇਟਲੀ ਵਿੱਚ ਬਿਲਕੁਲ ਜੀ ਉਹਨਾਂ ਦੀ ਯਾਦਗਾਰ ਸਾਡੇ ਇਟਲੀ ਦੇ ਵਿੱਚ ਫੁਰਲੀ ਪੈਂਦਾ ਇੱਕ ਸ਼ਹਿਰ ਹੈ ਉੱਥੇ ਸਿੱਖ ਜਿਹੜੇ ਸ਼ਹੀਦ ਹੋਏ ਆ ਸਰਦਾਰ ਇਟਲੀ ਚ ਉਹਨਾਂ ਦੀ ਯਾਦਗਰਵੱਡੀ ਪੱਦਰ ਤੇ ਬਣੀ ਆ ਵਾਹ ਨਾਪੋਲੀ ਤੇ ਲਾਗੇ ਬਣੀ ਆ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਆ ਗੋਰੇ ਜਾਂਦੇ ਆ ਆਪਣੇ ਸਿੰਘ ਜਾਂਦੇ ਆ ਬਿਲਕੁਲ ਕੱਲੇ ਆਪਾਂ ਸਿੱਖ ਭਾਈਚਾਰਾ ਹੀ ਉਹਨਾਂ ਦਾ ਸਨਮਾਨ ਕਰ ਰਿਹਾ ਕਿ ਜਿਹਾ ਇਟਾਲੀਅਨ ਲੋਕ ਵੀ ਗੋਰੇ ਜਾਂਦੇ ਸਨ ਜਿਹੜੇ ਵੱਡੇ ਮੇਅਰ ਜਾਂਦੇ ਆ ਔਰ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਜਾ ਕੇ ਉੱਥੇ ਸਾਡੀਆਂ ਸਿੱਖ ਜਥੇਬੰਦੀਆਂ ਨੇ ਗੁਰੂ ਘਰ ਦੀ ਕਮੇਟੀਆਂ ਨੇ ਸਾਡੇ ਨੌਜਵਾਨਾਂ ਵੀਰਾਂ ਨੇ ਉੱਥੇ ਉਹਨਾਂ ਦੀ ਯਾਦਗਾਰੀ ਚ ਸਟੈਚੂ ਵੀ ਲਾਇਆ ਜੀ ਵਾਹ ਕੀ ਬਾਤ ਹੈ ਉੱਥੇ ਖੰਡਪਟ ਸਾਹਿਬ ਹੁੰਦਾ ਹੈ ਹਮ ਤੇ ਬੜੀ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ ਜੀ ਕੀ ਬਾਤ ਹੈ ਇਹ ਪਿੱਛੇ ਜੇ ਮੇਰੇ ਇੱਕ ਸੁਣ ਵਿੱਚ ਆਇਆ ਕਿ ਸੋਨੀਆ ਗਾਂਧੀ ਜੀ ਦਾ ਘਰ ਜਿਹੜਾ ਉਹ ਆਪ ਜੀ ਨੇ ਸੰਸਥਾ ਨੇ ਖਰੀਦ ਲਿਆ ਤੇ ਉਹਦੇ ਵਿੱਚ ਵੀ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਇਹ ਸਾਡੇ ਕੋਲ ਉਹ ਘਰ ਆਇਆ ਜਿੱਥੇ ਉਹ ਰਹੇ ਖੇਡੇ ਜੰਮੇ ਪੜੇ ਕਿ ਵੀ ਅੱਜ ਕੱਲ ਉਹ ਸਿੱਖ ਕੌਮ ਦੇ ਕੋਲ ਹੈ ਕਿ ਜਾਂ ਕੋ ਹੋਰ ਸੰਭਾਲ ਕਰ ਰਿਹਾ ਉਹਦੀ ਨਹੀਂ ਪਰ ਸਾਹਿਬ ਇਹ ਵੇਖੋ ਮੈਂ ਇੱਕ ਬੜੀ ਕਵਰਾਗਮੀ ਬੇਨਤੀ ਕਰਦਾ ਵੀ ਇਹ ਤੇ ਦਾਸ ਦੀ ਇਨੀ ਇਤਿਹਾਸ ਇਹ ਤੇ ਮਹਾਰਾਜ ਦੀ ਕਿਰਪਾ ਇੱਕ ਜਾਦਾ ਜੁੜੀ ਬੀਬੀ ਸੋਨੀਆ ਗਾਂਧੀ ਦੇ ਉਸ ਘਰ ਚ ਉਹਨਾਂ ਦਾ ਜਨਮ ਹੋਇਆ ਉਹ ਤਿੰਨ ਭੈਣਾਂ ਵਾ ਔਰ ਉਸ ਪਰਿਵਾਰ ਦਾ ਜਿਹੜਾ ਇੱਕ ਯਾਦਗਰੀ ਉਹਨਾਂ ਨੇ ਗਾ ਕਿਸੇ ਪਰਿਵਾਰ ਦੇ ਜੀ ਕੋ ਚਲੇ ਗਿਆ ਸੀ ਉਹ ਫਿਰ ਜਦੋਂ ਦਾਸ ਨੂੰ ਪਤਾ ਲੱਗਾ ਸੀ ਵੇਖਣ ਗਏ ਕਿ ਜਦੋਂ ਇੰਡੀਅਨ ਇਤੋਂ ਟੂਰਿਸਟ ਜਾਂਦੇ ਆ 5 600 ਸਾਲ ਚ ਉਹਨੂੰ ਦੇਖਦੇ ਆ ਤੇ ਟੂਰਿਸਟ ਲੋਕ ਟੂਰਿਸਟ ਜਾਂਦੇ ਉਹ ਫਿਰ ਜਦੋਂ ਸਾਡੀ ਕੋਈ ਗੱਲਬਾਤ ਚੱਲੀ ਤੇ ਇਹ ਸੇਵਾ ਦਾਸ ਦੀ ਝੋਲੀ ਪੈ ਗਈ ਕੀ ਬਾਤ ਤੇ ਅਸੀਂ ਉਦਣ ਹੀ ਇਹ ਗੱਲ ਕਹੀ ਭਈ ਅਸੀਂ ਤੇ ਗਰੀਬ ਜੀ ਆ ਇਹਦੀ ਸੇਵਾ ਸੰਭਾਲਾਂ ਔਰ ਇਹਦਾ ਇੱਕ ਮਿਊਜ਼ੀਅਮ ਬਣਾਵਾਂਗੇ ਵਾਹ ਔਰ ਸਾਡੇ ਮਨ ਦੀ ਖੇਚ ਹੈ ਅਜੇ ਉਹਦੀ ਓਪਨਿੰਗ ਨਹੀਂ ਕੀਤੀ ਉੱਥੇ ਮਹਾਰਾਜਾ ਹਰਪ੍ਰਤਸਾਹ ਹੋਣਗੇ ਹੂੰ ਔਰ ਸਾਡੇ ਮਨ ਦੇ ਵਿੱਚ ਇੱਕ ਇਸ਼ਕ ਹੈ ਇਹ ਮਹਾਰਾਜਾ ਰਣਜੀਤ ਸਿੰਘ ਸੇਰੇ ਪੰਜਾਬ ਹੂੰ ਉਹਨਾਂ ਦਾ ਉੱਥੇ ਇੱਕ ਆਦਮ ਕੱਦ ਬੁੱਤ ਲਗੇ ਔਰ ਜਿੱਥੇ ਜਿਹੜੇ ਹਿੰਦੁਸਤਾਨੀ ਵਾਹ ਉੱਥੇ ਜਾ ਕੇ ਘਰ ਨੂੰ ਵੇਖਣਗੇ ਉੱਥੇ ਸਿੱਖਾਂ ਦਾ ਪਤਾ ਲੱਗੂਗਾ ਕਿ ਸਿੱਖ ਇਤਲੀ ਚ ਵੱਡੇ ਪਦਰ ਤੇ ਰਹ ਰਹੇ ਬਿਲਕੁਲ ਸੋਨੀਆ ਗਾਂਧੀ ਜੀ ਦੇ ਘਰ ਨੂੰ ਵੇਖਣਾ ਉਹ ਗੱਲ ਵੱਖਰੀ ਹੈ ਪਰ ਜੋ ਦੇ ਵਿੱਚ ਸਿੱਖ ਇਤਿਹਾਸ ਵਾਲੇ ਸਟੱਜਨ ਸ਼ੇਰੀ ਪੰਜਾਬ ਜੀ ਦਾ ਇਤਿਹਾਸ ਬਿਆਨ ਕੀਤਾ ਜਾਏ ਸਾਡੇ ਵੱਡੇ ਵੱਡੇ ਜਰਨੈਲਾਂ ਦੇ ਬਾਰੇ ਲਿਖਿਆ ਜਾਏ ਉਹਨਾਂ ਹਰੀ ਸਿੰਘ ਨਲੂਆ ਜੀ ਸ਼ਾਮ ਸਿੰਘ ਅਟਾਰੀ ਸਰਦਾਰ ਮਹਾ ਸਿੰਘ ਜੀ ਅ ਐਸੇ ਜਰਨਲਿਸਟ ਸਿੱਖ ਰਾਜ ਦੇ ਥਾ ਮੋਏ ਨੇ ਜੀ ਮੈਂ ਵਿਦੇਸ਼ਾਂ ਵਿੱਚ ਜਾ ਕੇ ਅਕਸਰ ਪੁੱਛਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਬੱਚਿਆਂ ਨੂੰ ਪੁੱਛਦਾ ਨੌਜਵਾਨਾਂ ਨੂੰ ਕਈ ਵਾਰੀ ਪੁੱਛਦਾ ਕਿ ਸਾਡੇ ਸਰਦਾਰ ਮਹਾ ਸਿੰਘ ਜੀ ਸਿੱਖ ਕੌਮ ਦੇ ਜਰਨਲ ਨੇ ਉਹਨਾਂ ਬਾਰੇ ਪਤਾ ਤੁਹਾਨੂੰ ਬੱਚੇ ਕਹਿੰਦੇ ਨਹੀਂ ਪਤਾ ਕਿਉਂਕਿ ਦੱਸਿਆ ਨਹੀਂ ਦੱਸਿਆ ਨਹੀਂ ਬੋਲਿਆ ਨਹੀਂ ਕਿ ਜੁ ਕੋ ਜਣ ਗੋਲੇ ਜਰਨਲ ਰਹਿ ਕੇ ਮੈਂ ਬੇਨਤੀ ਕਰਨੀ ਚਾਹੁੰਨਾ ਚਲੋ ਸਵਾਲ ਤੇ ਹੋਰ ਮੈਂ ਕਰਨਾ ਸੀਗਾ ਪਰ ਕੁਦਰਤੀ ਗੱਲ ਉੱਥੇ ਆ ਗਈ ਜੀ ਸਾਡੇ ਕੋਲ ਇੱਕ ਸਿੱਖ ਜਰਨਲ ਹੋਇਆ ਕਰਨਧਾਨ ਸਿੰਘ ਪੰਜ ਹੱਥਾ ਵਾਹਿਗੁਰੂ ਸਿੱਖ ਕੌਮ ਵਿੱਚ ਉਹਦੀ ਬਹੁਤ ਵੱਡੀ ਭੂਮਿਕਾ ਜੀ ਸਿੱਖ ਰਾਜ ਦੇ ਸਮੇਂ ਬੜਾ ਵੱਡਾ ਜੋਦਾ ਹੋਇਆ ਸ਼ਰੀਰ ਉੱਤੇ ਕੋਈ ਐਸਾ ਅੰਗ ਨਹੀਂ ਸੀਗਾ ਜਿੱਥੇ ਫਟ ਨਾ ਲਗਾਓ ਪਰ ਉਹਦਾ ਜ਼ਿਕਰ ਨਹੀਂ ਹੋ ਸਕਿਆ ਸਟੇਜ ਉੱਤੇ ਮੈਂ ਕੋਸ਼ਿਸ਼ ਕਰ ਰਿਹਾ ਕੀ ਹੋਰ ਵੀ ਲਿਖਿਆ ਜਾਏ ਬੋਲਿਆ ਜਾਏ ਵਿਦੇਸ਼ਾਂ ਵਿੱਚ ਪ੍ਰਚਾਰਿਆ ਜਾਏ ਕਿ ਜਦੋਂ ਇਟਲੀ ਵਿੱਚ ਪ੍ਰਚਾਰਕ ਜਾਂਦੇ ਨੇ ਮੈਂ ਚਾਹੁੰਨਾ ਕਿ ਉਹਨਾਂ ਨੂੰ ਵਿਸ਼ਾ ਦਿੱਤਾ ਜਾਏ ਸਿੱਖ ਰਾਜ ਬਾਰੇ ਬੋਲਣ ਸਾਡਾ ਘਰੋ ਜੜਿਆ ਕਿਵੇਂ ਜੀ ਕਿੰਨਾ ਨੇ ਉਜਾੜਿਆ ਸਾਡਾ ਘਰ ਬਣ ਕਿਵੇਂ ਸਕਦਾ ਇਹਦੇ ਬਾਰੇ ਕੁਝ ਵਿਸ਼ੇਸ਼ ਉਪਰਾਲੇ ਕੀਤੇ ਜਾ ਸਕਦੇ ਪਰ ਸਭ ਤੋਂ ਉਪਰਾਲੇ ਤੇ ਇਹ ਹੋਈ ਹੈ ਵੀ ਸਾਰੇ ਰਲ ਮਿਲ ਕੇ ਜਿੰਨੇ ਵਾਦ ਇਟਲੀ ਚ ਜਥੇ ਆਉਣਗੇ ਹੂੰ ਜਥਿਆਂ ਨੂੰ ਇੱਕ ਮੰਜੂਮ ਦਿੱਤਾ ਜਾਵੇ ਵੀ ਅਸੀਂ ਆਹ ਚੀਜ਼ ਸੋਣੀ ਚਾਹੁੰਦੇ ਆ ਬਿਲਕੁਲ ਹੁਣ ਸਾਡੇ ਕੋਲ ਜਿਹੜੇ ਜਥੇ ਜਾਂਦੇ ਆ ਟਾਈਮ ਥੋੜਾ ਹੁੰਦਾ ਜੀ ਹੂੰ ਜੇ ਵਿਸਾਖੀ ਦਾ ਤਾਂ ਉਹਨਾਂ ਨੇ ਵਿਸਾਖੀ ਦਾ ਹੀ ਲਾ ਦੇਣਾ ਹੁਣ 80 ਗੁਰਦੁਆਰੇ ਆ ਜੇ ਚਾਰ ਜਥੇ ਵੀ ਚਲੇ ਗਏ ਬਿਲਕੁਲ ਤਾਂ ਉਹ ਤੇ ਸਾਡੇ ਇੱਕ ਜ਼ਿਲ੍ਹੇ ਚ ਹੀ ਰਹਿ ਗਏ ਹੂੰ ਬਿਲਕੁਲ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਸਾਡੇ ਜਥਿਆਂ ਦੀ ਚੜ੍ਹਦੀ ਕਲਾ ਰਵੇ ਲੰਮੀ ਉਮਰ ਹੋਵੇ ਔਰ ਸਾਡੇ ਕੋ ਵਿਦੇਸ਼ਾਂ ਚ ਆਉਂਦੇ ਜਾਂਦੇ ਰਹਿਣ ਔਰ ਇਹੋ ਜੇ ਥੰਮ ਜਰਨੈਲ ਜਿਹੜੇ ਪੁਰਾਣੇ ਜੀ ਜਿਦਾਂ ਬਾਪੂ ਜੋਗਾ ਸਿੰਘ ਜੋਗੀ ਜੀ ਚੱਲ ਵਸੇ ਹਾਡੀਆਂ ਚੋਂ ਕਈ ਸਾਡੀਆਂ ਰੂਹਾਂ ਚਲੇ ਗਈਆਂ ਬਾਪੂ ਸੀਤਲ ਜੀ ਵਰਗੇ ਬਾਪੂ ਸੀਤਲ ਜੀ ਬਿਲਕੁਲ ਤੇ ਅਸੀਂ ਚਾਹੁੰਦੇ ਜਿਹੜਾ ਉਹਨਾਂ ਦੇ ਬਾਕੀ ਪਰਿਵਾਰ ਆ ਯੂਰਪ ਦੇ ਵਿੱਚੋਂ ਹਮ ਇੱਥੇ ਵੀ ਸਵਾਮਾ ਕਰਦੇ ਆ ਪੰਜਾਬ ਚ ਪਰ ਜਿਹੜਾ ਸਾਡਾ ਪੰਜਾਬ ਉੱਥੇ ਵਸਿਆ ਤੇ ਉਹਦੇ ਵਾਜਾ ਕੇ ਦਰਸ਼ਕ ਦਰਾਰੇ ਸੰਗਤਾ ਕਰਨ ਬਿਲਕੁਲ ਦੇ ਨਾਲੇ ਆਉਣ ਜ਼ਰੂਰ ਚ ਬਿਲਕੁਲ ਪ੍ਰਚਾਰ ਵਾਦੇ ਸਿੱਖੀ ਦਾ ਪ੍ਰਚਾਰ ਵਾਦੀ ਕੰਗ ਸਾਬ ਦਸਤਾਰ ਸਿੱਖੀ ਦੀ ਸ਼ਾਨ ਜੀ ਔਰ ਪਿੱਛੇ ਦੀ ਇਟਲੀ ਵਿੱਚ ਇੱਕ ਭੱਦਾ ਜਾਂ ਮਜ਼ਾਕ ਹੋਇਆ ਦਸਤਾਰ ਦੇ ਨਾਲ ਉਹ ਮਸਲਾ ਕੀ ਸੀਗਾ ਅਣਜਾਣੇ ਜਾਂ ਅਣਜਾਣੇ ਗਲਤੀਆਂ ਤੇ ਇਨਸਾਨ ਕੋ ਹੋ ਜਾਂਦੀਆਂ ਬਿਲਕੁਲ ਗੋਰਿਆਂ ਦੇ ਕੋਲ ਮੈਂ ਇੱਕ ਖੁੱਲ ਕੇ ਕਹਿ ਰਿਹਾ ਵੀ ਗੋਲਿਆਂ ਗੋਰਿਆਂ ਦੇ ਕੋਲ ਜੇ ਗਲਤੀ ਹੋਈ ਹੈ ਕੋਈ 10% ਜਾਂ 50 ਤੇ ਸਾਢੇ ਅਰਗੇ ਉਹਨੂੰ ਜ਼ਿਆਦਾ ਗਾਂ ਸ਼ੇਅਰ ਕਰਨਗੇ ਬਿਲਕੁਲ ਉਹਨਾ ਇੱਕ ਡਾਕਟਰਾਂ ਦੀ ਜਾਨਵਰਾਂ ਦੇ ਡਾਕਟਰਾਂ ਦੀ ਟੀਮ ਸੀ ਜੀ ਉਹਨਾਂ ਨੇ ਇੱਕ ਜਾਨਵਰ ਤੇ ਮੈਂ ਨਾਂ ਕੀ ਲੈਣਾ ਉਹਦੇ ਤੇ ਨਾ ਉਹਨਾਂ ਨੇ ਪਗੜੀ ਹੀ ਰੱਖ ਦਿੱਤੀ ਓਏ ਹੋਏ ਪਰ ਦੁੱਖ ਬੜਾ ਲੱਗਾ ਦੁੱਖ ਸੀ ਦਾਸ ਨੂੰ ਜਦੋਂ ਪਤਾ ਲੱਗਾ ਦਿਨ ਸ਼ਨੀਵਾਰ ਸੀ ਤੇ ਉਹਨਾਂ ਨੂੰ ਤੁਰੰਤ ਹੋਰ ਵੀ ਜਥੇ ਬੰਦੀਆਂ ਦੇ ਆਗੂ ਪ੍ਰਧਾਨ ਮੇਰੇ ਨਾਲ ਬੜੇ ਸਤਿਕਾਰਯੋਗ ਵੀਰ ਸਾਡੇ ਸੁਰਿੰਦਰ ਜੀ ਜੀ ਪੰਡੋਰੀ ਹਮ ਰਵਿੰਦਰਜੀਤ ਸਿੰਘ ਜੀ ਬulzano ਤੇ ਅਸੀਂ ਬੜਾ ਇਕੱਠਾ ਕਵਰਕ ਕੀਤਾ ਤੋ ਉਹਨਾਂ ਨੇ 2 2.5 ਘੰਟਿਆਂ ਦੇ ਵਿੱਚ ਹੀ ਮਾਫੀ ਮੰਗੀ ਵਾਹ ਔਰ ਇਦਾਂ ਦੀ ਮਾਫੀ ਮੰਗੀ ਭੀ ਗਾ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਿਹੜੀ ਇਹ ਗਲਤੀ ਹੋ ਗਈ ਆ ਕਿਤੇ ਜ਼ਿੰਦਗੀ ਦੇ ਵਿੱਚ ਵੀ ਨਹੀਂ ਅਸੀਂ ਕਰਾਂ ਪਰ ਹਾਂ ਜੀ ਹਾਂ ਜੀ ਪਰ ਉਹ ਹੋਇਆ ਮਾੜਾ ਸੀ ਪਰ ਉਹਨਾਂ ਨੇ ਇਸ ਗੱਲ ਦੀ ਸਾਡੀਆਂ ਅਮੈਰੀਕੀਆਂ ਨੇ ਵੀ ਸਾਥ ਦਿੱਤਾ ਸਿੱਖ ਜਥੇਬੰਦੀਆਂ ਨੇ ਬਿਲਕੁਲ ਔਰ ਜਿੱਥੇ ਪ੍ਰੈਸ਼ਰ ਪੈਣ ਦੇ ਨਾਲ ਤੁਰੰਤ ਉਹ ਰੋਕ ਲੱਗੀ ਬੱਸਾਂ ਦੇ ਮਗਰ ਵੱਡੇ ਪੋਸਟਰ ਲੱਗੇ ਸੀ ਜਿੱਥੇ-ਜਿੱਥੇ ਬਸਾਂ ਸੀ ਔਰ ਸਾਡੀ ਸਿੱਖ ਕਮਿਊਨਿਟੀ ਦੀ ਸਿੱਖ ਜਥੇਬੰਦੀਆਂ ਦਾ ਏਕਾ ਹੋਣ ਦਾ ਕਰਕੇ ਬਿਲਕੁਲ ਉੱਥੇ ਹੀ ਉਹਨਾਂ ਨੇ ਜੀ ਆਪਾਂ ਸਾਰੇ ਇੱਕ ਮੁੱਠ ਸੀ ਮੈਂ ਵੀ ਕੋਈ ਸਮਾਂ ਪਹਿਲਾਂ ਵੇਖਿਆ ਕਿ ਤਲਾਸ਼ੀ ਲਈ ਜਾਂਦੀ ਸੀ ਜਸਤਾਰ ਦੀ ਉਹਦੇ ਬਾਰੇ ਅੱਜਕੱਲ ਕਿਵੇਂ ਤੁਸੀਂ ਕਰ ਰਹੇ ਹੋ ਪਰਾਲੇ ਦੇ ਪਰ ਸਾਹ ਉਹ ਪਰਾਲੇ ਤੇ ਕੀ ਕਰਨੀ ਆ ਆਪਾਂ ਸੇਵਾਦਾਰ ਆ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਤੇ ਪੂਰਨ ਬਰੋਸਾ ਬਿ ਜੋ ਉਹਦੇ ਬਾਣੀ ਅੰਦਰ ਹੀ ਹੈ ਪਿੱਛੇ ਜੇ ਸਾਨੂੰ 10 ਸਾਲ ਪਹਿਲਾਂ ਇਹ ਵੱਡੀ ਇੱਕ ਮੁਸ਼ਕਲ ਬਣ ਗਈ ਸੀ ਪਰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਦਸਤਾਰ ਬੜੀ ਅਹਿਮ ਹੈ ਤੇ 에어ਪੋਰਟਾਂ ਦੇ ਉੱਤੇ ਚੈੱਕ ਕਰਦੇ ਆ ਪਰ ਜ਼ਿਆਦਾ ਸਾਂ ਖੱਜਲ ਖਰਾਬ ਨਹੀਂ ਕਰਦੇ ਕੁਝ ਸੁਧਾਰ ਹੋਇਆ ਬਹੁਤ ਜੀ ਬੜੀ ਮਾਰ ਬੜੀ ਵੱਡੀ ਤੁਸੀਂਾਂ ਨੇ ਸੇਵਾ ਨਿਭਾਈ ਆ ਕਿਉਂਕਿ ਯੋਗ ਉਪਰਾਲੇ ਕੀਤੇ ਭਾਵੇਂ ਉਹ ਸਿੱਖਾਂ ਨਾਲ ਕੋਈ ਪੱਦਾ ਮਜ਼ਾਕ ਸੀਗਾ ਜਾਂ ਦਸਤਾਰ ਦੇ ਸਤਕਾਰ ਵਿੱਚ ਕੁਝ ਕਰਨ ਦੀ ਲੋੜ ਸੀਗੀ ਉਹ ਤੁਸੀਂ ਅੱਗੇ ਹੋ ਕੇ ਵੱਡੀਆਂ ਸੇਵਾਵਾਂ ਨਿਭਾਈਆਂ ਮੈਂ ਚਾਹੁੰਨਾ ਕਿ ਇਸੇ ਤਰ੍ਹਾਂ ਉਪਰਾਲੇ ਕਰਦੇ ਰਹੋ ਜੇ ਕੋਈ ਸਾਨੂੰ ਦਰਪੇਸ਼ ਮੁਸ਼ਕਲ ਆਉਂਦੀ ਵਿਦੇਸ਼ਾਂ ਵਿੱਚ ਸਾਡੇ ਨਾਲ ਸਾਹਮਣੇ ਅੱਗੇ ਖਲੋ ਕੇ ਸੀਨਾ ਤਾਣ ਕੇ ਪਿੱਛੇ ਅਸੀਂ ਖਲੋਤੇ ਹਾਂ ਕੰਧ ਵਾਗਰਾ ਸਾਰੇ ਵੱਡੀਆਂ ਸੇਵਾਵਾਂ ਕਰਦੇ ਰਹੋ ਸਾਨੂੰ ਬੜਾ ਮਾਣ ਆ ਤੁਹਾਡੇ ਤੇ ਔਰ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਤੁਸੀਂ ਢਾਡੀਆਂ ਕਵੀਸ਼ਰਾਂ ਦੇ ਅੱਖ ਵਿੱਚ ਸਿੱਖ ਜੱਥੇਬੰਦੀਆਂ ਦੇ ਹੱਕ ਵਿੱਚ ਗੁਰੂ ਅੱਗੇ ਅਰਦਾਸ ਵੀ ਕਰਕੇ ਜਾਇਓ ਅਸੀਂ ਇਸੇ ਤਰ੍ਹਾਂ ਪ੍ਰਚਾਰ ਵੀ ਕਰੀਏ ਔਰ ਤੁਸੀਂ ਸਾਡੀ ਬਾਹ ਫੜਦੇ ਰਹੋ ਜਥੇ ਜਾਣ ਜਥੇ ਵਾਪਸ ਆਉਣ ਸਿੱਖੀ ਦਾ ਪ੍ਰਚਾਰ ਹੋਵੇ ਤੇ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਨੂੰ ਤਪਦੇ ਰਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਰਦਾ ਸੀਗਾ ਹੋਰ ਵੀ ਵਿਚਾਰਾਂ ਆਉਂਦੀਆਂ ਕੋਸ਼ਿਸ਼ ਕਰਾਂਗੇ ਜੀ ਨੂੰ ਦੂਜੀ ਵਾਰ ਆਏ ਫਿਰ ਆਪਾਂ ਕੁਝ ਨਾ ਕੁਝ ਨਵੇਂ ਮਸਲਿਆਂ ਤੇ ਗੱਲਾਂ ਕਰਾਂਗੇ ਕੰਗਸਾਹਬ ਸਿੱਖ ਕੌਮ ਨੂੰ ਸਾਡੇ ਬਲਾਰਿਆਂ ਨੂੰ ਸੰਗਤ ਨੂੰ ਕੋ ਖਾਸ ਮੈਸੇਜ ਕੋ ਖਾਸ ਨੇ ਆ ਕੀ ਦੇਣਾ ਚਾਹੁੰਦੇ ਆ ਦਾਸ ਹੀ ਸੁਨਿਆ ਦੇ ਸਕਦਾ ਜੀ ਨਹੀਂ ਮੈਂ ਤੇ ਇੱਕ ਬੇਨਤੀ ਕਰਨੀ ਆ ਹੱਥ ਜੋੜ ਕੇ ਜੇ ਸਾਨੂੰ ਸੇਵਾਵਾਂ ਮਿਲਦੀਆਂ ਹੋਣ ਹੂੰ ਦਾਸ ਦੀ ਝੋਲੀ ਆ ਅੱਡ ਕੇ ਇਹ ਬੇਨਤੀ ਕਰਦਾ ਵੀ ਤੁਸੀਂ ਜੀ ਸਰ ਕੇ ਇਟਲੀ ਆਓ ਔਰ ਰਾਗੀ ਤੁਹਾਡੀ ਕੀਰਤਨੀਏ ਪਰ ਮੇਰੀ ਇੱਕ ਬੇਨਤੀ ਹੈ ਟਾਈਮ ਸਰ ਟਾਈਮ ਸਰ ਆਓ ਤੇ ਟਾਈਮ ਸਰ ਵਾਪਸ ਆਓ ਬਿਲਕੁਲ ਔਰ ਜਿਹੜੇ ਮੇਰੇ ਵੀਰ ਉੱਥੇ ਜਾ ਕੇ ਕਹਿ ਦਿੰਦੇ ਵੀਜ਼ਾ ਵੱਧ ਜਾਂਦਾ ਹੈ ਹੂੰ ਇਦਾਂ ਕਰ ਲਈਏ ਉਹ ਨਹੀਂ ਜੀ ਇਸ ਕਰਕੇ ਦੂਜਿਆਂ ਦਾ ਰਾਹ ਬੰਦ ਨਾ ਕਰੀਏ ਵਾਹ ਜਿਹੜੇ ਨਾਮੀ ਜਥੇ ਆ ਉਹ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਰੂਰ ਯੂਰਪ ਚ ਆਉਣ ਔਰ ਸਾਡੇ ਜਿਹੜੇ ਗੁਰੂ ਘਰ ਦੇ ਪ੍ਰਧਾਨ ਜਥੇਬੰਦੀਆਂ ਦੇ ਲੀਡਰ ਬਹੁਤ ਸਤਿਕਾਰ ਕਰਦੇ ਆ ਔਰ 에어ਪੋਰਟਾਂ ਤੋਂ ਅਸੀਂ ਲੈ ਕੇ ਆਈਦਾ ਔਰ ਮੈਂ ਤੇ ਇਹੋ ਇੱਕ ਬੇਨਤੀ ਕਰਦਾ ਵੀ ਜਿਹੜੇ ਵੀ ਕੀਰਤਨੀਏ ਰਾਗੀ ਤਾਡੀ ਕਮਿਸ਼ਨਰ ਔਰ ਸਾਡੇ ਦੇਸ਼ ਚ ਆਉਣ ਜਰੂਰ ਜੀ ਆਇਆਂ ਨੂੰ ਵੈਲਕਮ ਔਰ ਸਾਨੂੰ ਜਿੰਨੀ ਜੋਗੇ ਹੈਗੇ ਆਪਾਂ ਤੁਹਾਡੇ ਨਾਲ ਆ ਪਰ ਟਾਈਮ ਦੇ ਨਾਲ ਹੀ ਉਹ ਵਾਪਸ ਆਉਣ ਜੀ ਦਾਸ ਇਹਨਾਂ ਕੁਝ ਕਹਿੰਦਾ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ